ਹੁਣ ਕੈਦੀ ਵੀ ਪੈਟਰੋਲ ਪੰਪ ਚਲਾਉਣਗੇ। ਜੀ ਹਾਂ, ਪੰਜਾਬ ਸਰਕਾਰ ਦਾ ਇੰਡੀਅਨ ਆਇਲ ਕੰਪਨੀ ਦੇ ਨਾਲ ਇਸ ਸੰਬੰਧੀ ਇੱਕ ਇਕਰਾਰ ਹੋਇਆ। ਜੇਲ੍ਹ ਦੀ ਜਗ੍ਹਾ ਦੇ ਉੱਤੇ ਜਿਹੜੇ ਪੈਟਰੋਲ ਪੰਪ ਬਣਨਗੇ ਉੱਥੇ ਕੈਦੀ ਕੰਮ ਕਰਨਗੇ। ਉੱਥੇ ਹੋਟਲ ਬਣਾ ਕੇ ਜੇਲ੍ਹ ਦੇ ਉਤਪਾਦਾਂ ਦੀ ਵਿਕਰੀ ਵੀ ਕੀਤੀ ਜਾਵੇਗੀ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਤਸਦੀਕ ਕਰਦਿਆਂ ਕਿਹਾ ਕਿ ਫਿਲਹਾਲ ਪਟਿਆਲਾ ਦੇ ਵਿੱਚ ਇਸ ਨੂੰ ਪਾਇਲਟ ਪ੍ਰੋਜੈਕਟ ਦੇ ਤਹਿਤ ਲਾਂਚ ਕੀਤਾ ਜਾ ਰਿਹਾ ਹੈ। ਜੇਕਰ ਇਹ ਕਾਮਯਾਬ ਰਿਹਾ ਤਾਂ ਹੋਰਨਾਂ ਥਾਵਾਂ ਦੇ ਉੱਤੇ ਅਜਿਹੇ ਪ੍ਰੋਜੈਕਟ ਲਾਏ ਜਾਣਗੇ। ਪੰਜਾਬ ਤੇ ਇੰਡੀਅਨ ਆਇਲ ਕੰਪਨੀ ਦੇ ਵਿਚਕਾਰ ਹੋਏ ਇਕਰਾਰ ਦੇ ਤਹਿਤ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਇਹ ਪੰਪ ਬਣਾਉਣ ਦੇ ਲਈ ਕੰਪਨੀ ਨੂੰ ਜਗ੍ਹਾ ਦਿੱਤੀ ਜਾਵੇਗੀ। ਕੰਪਨੀ ਆਪਣੇ ਖਰਚੇ ਦੇ ਉੱਤੇ ਪੈਟਰੋਲ ਪੰਪ ਦੀ ਉਸਾਰੀ ਕਰਵਾਏਗੀ ਤੇ ਉੱਥੇ ਕੈਦੀ ਕੰਮ ਕਰਨਗੇ। ਇਸ ਮੌਕੇ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਦੀਆਂ ਦੇ ਮੁੜ ਵਸੇਬੇ ਦੇ ਲਈ ਅਜਿਹੇ ਉਪਰਾਲੇ ਕਰਨੇ ਕਾਫੀ ਜ਼ਰੂਰੀ ਨੇ। ਬੈਨੀਫਿਟ ਜਿਹੜੀ ਸਾਨੂੰ ਜਿਹੜੇ ਇੱਥੇ ਜਿਹੜੇ ਪ੍ਰੋਡਕਟਸ ਵਿਕਣਗੇ ਘੱਟੋ ਘੱਟ ਵੀ ਇੱਥੇ ਸਾਡੇ ਜਿਹੜੇ ਆਪਣੇ ਜੇਲ੍ਹ ਦੇ ਵਿੱਚ ਜਿਹੜੇ ਸਾਡੇ ਕੈਦੀ ਨੇ ਉਹ ਉੱਥੇ ਆਣ ਕੇ ਕੰਮ ਕਰਨਗੇ। ਉੱਥੋਂ ਜਿਹੜੇ ਕੋਈ ਅਸੀਂ ਜਿਹੜੇ ਉਹਨਾਂ ਥਾਂ ਦੇਣੀ ਉਹਦਾ ਲਵਾਂਗੇ। ਅਸੀਂ ਇਹ ਵੀ ਕਰ ਰਹੇ ਹਾਂ ਕਿ ਇਹ ਜਿਹੜਾ ਪੈਟਰੋਲ ਪੰਪ ਹੈ ਉਹਨਾਂ ਕੋਲ ਲੈ ਕੇ ਜੇਲ੍ਹ ਡਿਪਾਰਟਮੈਂਟ ਹੀ ਉਹਨੂੰ ਪੈਟਰੋਲ ਪੰਪਾਂ ਨੂੰ ਚਲਾਵੇ। ਅਤੇ ਜਿਹੜਾ ਤੁਹਾਨੂੰ ਪਤਾ ਕਿ ਜਿਹੜਾ ਕਮਿਸ਼ਨ ਮਿਲਦਾ ਬਹੁਤ ਵਧੀਆ ਤਰੀਕੇ ਨਾਲ, ਔਰ ਜਿਸ ਸਾਈਡ 'ਤੇ ਤੁਹਾਡੀ ਇਹ ਜੇਲ੍ਹ ਆ ਜਿੱਥੇ ਕਲੀਅਰ ਨੂੰ ਇਹੋ ਹੀ ਨਹੀਂ ਬਣਾਉਣਾ ਅਸੀਂ ਕਿ ਪੈਟਰੋਲ ਪੰਪ ਨਹੀਂ ਬਣੇਗਾ, ਮਾਡਰਨ ਪੈਟਰੋਲ ਪੰਪ ਬਣੇਗਾ ਇੱਥੇ, ਈਟਿੰਗ ਜਿਹੜੀ ਹੱਬ ਉਹ ਬਣੇਗੀ ਤਾਂ ਕਿ ਲੋਕ ਜਿਹੜੇ ਨੇ ਇੱਥੇ ਖਾਣ ਪੀਣ ਲਈ ਵੀ ਹੋਵੇ, ਸਾਡੇ ਵੇਰਕਾ ਜਾਂ ਮਾਰਕੀਟ ਦੇ ਜੋ ਪ੍ਰੋਡਕਟ ਉਹ ਵੀ ਵੇਚੇ ਜਾਣਗੇ। ਇਹੋ ਹੀ ਨਹੀਂ ਕਰਨਾ ਅਸੀਂ ਜੇਲ੍ਹ ਡਿਪਾਰਟਮੈਂਟ ਦੇ ਨਾਲ ਅਤੇ IOC ਦੇ ਨਾਲ ਜਿਹੜੀਆਂ ਸਾਡੀਆਂ ਜੇਲ੍ਹ ਦੇ ਵਿੱਚ ਚੀਜ਼ਾਂ ਬਣਦੀਆਂ ਨੇ, ਉੱਦਣ ਇਹਨਾਂ ਦੇ ਜਿਹੜੇ ਚੀਫ ਜਨਰਲ ਮੈਨੇਜਰ ਸੀਗੇ ਪੰਜਾਬ ਜ਼ੋਨ ਦੇ ਜਿਹੜੇ ਇੰਚਾਰਜ ਨੇ ਉਹ ਵੀ ਬੈਠੇ ਸੀ। ਉਹਨਾਂ ਕਿਹਾ ਕਿ ਅਸੀਂ ਜਿਹੜੀਆਂ ਸਾਡੀਆਂ ਡਰੈਸਿਸ ਜਿਹੜੀ ਯੂਨੀਫਾਰਮ ਇਹਨਾਂ ਦੀ ਹੁੰਦੀ ਹੈ, ਕਹਿੰਦੇ ਅਸੀਂ ਤੁਹਾਡੀ ਜੇਲ੍ਹ ਜਿਹੜੀਆਂ ਜੇਲ੍ਹਾਂ ਨੇ ਉਹਨਾਂ ਦੇ ਵਿੱਚ ਵਿਜਿਟ ਕਰਾਂਗੇ ਅਤੇ ਜੇ ਸਾਨੂੰ ਤੁਹਾਡੀ ਫੈਬਰਿਕ ਠੀਕ ਲੱਗੀ, ਕੱਪੜਾ ਠੀਕ ਲੱਗਾ ਤਾਂ ਅਸੀਂ ਤੁਹਾਡੇ ਨਾਲ ਉਹ ਵੀ MOU ਸਾਈਨ ਕਰਾਂਗੇ। ਟੋਟਲ ਜਿਹੜੇ ਕੱਪੜਾ ਜੋ ਜੇਲ੍ਹਾਂ ਉਹਨਾਂ ਨੂੰ ਕਰਨ, ਜਿਵੇਂ ਸਾਡੇ ਸਟੇਸ਼ਨਰੀ ਬੜੀ ਵਧੀਆ ਬਣ ਗਈ, ਇਹ ਸਾਰੀਆਂ ਚੀਜ਼ਾਂ ਕਰਕੇ ਅਸੀਂ ਇਕੱਲਾ ਪੈਟਰੋਲ ਪੰਪ ਨਹੀਂ ਰੱਖਣੇ, ਆਊਟਲੈਟ ਵੀ ਲਿਆਉਂਗੇ, ਆਊਟਲੈਟ ਵੀ ਲਿਆਉਣਗੇ ਔਰ ਸਾਡਾ ਸਮਾਨ ਉਹ ਆਪਣੇ ਪੈਟਰੋਲ ਪੰਪਾਂ ਦੇ ਵਿੱਚ ਵੇਚਣਗੇ ਅਤੇ ਉਹਨਾਂ 'ਚੋਂ ਹੀ ਸਾਨੂੰ ਜਿਹੜੀ ਆਮਦਨ ਜਨਰੇਟ। ਲਾਅ ਯੂਨੀਵਰਸਿਟੀ ਦਾ ਵੀ ਕੋਈ ਕਰਾਰ ਹੋਇਆ? ਲਾਅ ਯੂਨੀਵਰਸਿਟੀ ਦਾ ਵੀ ਉਹਨਾਂ ਦੇ ਨਾਲ ਅੱਜ MOU ਸਾਈਨ ਹੋਇਆ ਤਾਂ ਕਿ ਉਹਨਾਂ ਦੇ ਨਾਲ ਜਿਹੜੀ ਸਾਡੇ ਕੋਲ ਜਿਹੜੀ ਅੱਜ MOU ਸਾਈਨ ਹੋਇਆ ਇਹਦੇ ਲਈ, ਇਹ ਬੜੀ ਜ਼ਰੂਰਤ ਹੈ ਕਿ ਅੱਜ ਜਿਹੜੇ ਮੁੰਡੇ ਜਿਹੜੇ ਅੱਜ ਕਰਕੇ ਗਏ ਨੇ, ਪਾਸ ਆਊਟ ਕਰਕੇ ਗਏ ਨੇ, ਉਹਨਾਂ 'ਚ ਕੋਈ MA ਹੈ, ਕੋਈ BA ਨੇ, IT ਦੇ ਕੋਈ ਕਿੱਥੇ ਨੇ, ਉਹਨਾਂ ਲੜਕਿਆਂ ਲਈ ਇਹ ਚੀਜ਼ਾਂ ਬਹੁਤ ਅਤੇ ਖਾਸ ਕਰਕੇ ਜੇਲ੍ਹ 'ਚ ਜਿਹੜੇ ਕੈਦੀ ਨੇ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਉੱਥੋਂ ਬੈਠ ਕੇ ਅਸੀਂ ਕੰਮ ਚਲਾ ਸਕਦੇ। ਫਿਲਹਾਲ ਇਸ ਪ੍ਰੋਜੈਕਟ ਨੂੰ ਪਟਿਆਲਾ ਵਿਖੇ ਜਲਦੀ ਹੀ ਲਾਂਚ ਕੀਤਾ ਜਾਵੇਗਾ ਅਤੇ ਜੇਕਰ ਇਸ ਦੇ ਵਿੱਚ ਕਾਮਯਾਬੀ ਮਿਲਦੀ ਹੈ ਤਾਂ ਫਿਰ ਤੁਹਾਨੂੰ ਪੈਟਰੋਲ ਪੰਪਾਂ ਦੇ ਉੱਤੇ ਕੈਦੀ ਤੇਲ ਪਾਉਂਦੇ ਦਿਖਾਈ ਦੇਣਗੇ। ਬਿਊਰੋ ਰਿਪੋਰਟ, ਪੈਰੇਦਾ TV। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ 'ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।